ਸਿਰਸਾ ਪਹੁੰਚੇ ਹੋ, ਨੋਮੀਨੇਸ਼ਨ ਫਾਈਲ ਕਰ, ਬੜੇ ਫਾਸੇ ਨਹੀਂ ਕਰ ਲਓ ਤੁਸੀਂ। ਹਾਂਜੀ, ਇਨਸਾਫ ਤਾਂ ਜਦੋਂ ਪਕੜੀ ਵੀ ਰਿਹਾ ਜੀ, ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹੈਗਾ ਵੀ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਖੁਸ਼ੀ ਹੋ ਜਾਵੇ, ਮੇਰੇ ਕੇਸ ਦੇ ਵਿੱਚ 4 ਫਰੇਮ ਹੋ ਗਏ, ਮੈਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ। ਨਹੀਂ ਤਾਂ ਮੈਂ ਇੰਨਾ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ 27 ਦੋਸ਼ੀ ਆਈ ਵਾਰ ਇੱਕ ਵੀ ਐਪਲੀਕੇਸ਼ਨ ਕੋਈ ਲਾ ਦਿੰਦਾ, ਇੱਕ ਇੰਨਾ ਅਦਾਲਤ ਦਾ ਸੁਣਿਆ ਜਾਇਆ ਕਰ ਰਹੇ ਨੇ ਉਹ ਤਾਂ ਕੇਸ ਲਟਕਦਾ ਲਟਕਦਾ 2 ਸਾਲ ਲੰਘ ਗਏ, 24 ਮਹੀਨਿਆਂ ਬਾਅਦ 4 ਫਰੇਮ ਹੋਏ ਅਤੇ ਸ਼ੁਕਰ ਹੈ ਪਰਮਾਤਮਾ। ਸਿੱਧੂ ਦੇ ਸਮਰਥਕ ਚਾਹੁੰਦੇ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਦੇ, ਪਰ ਅੱਜ ਤੁਸੀਂ ਇੱਥੇ ਵੀ ਆਏ ਹੋ, ਘਰੇ ਵੀ ਤੁਹਾਡੇ ਸਿੱਧੂ ਸਾਹਿਬ ਗਏ ਸੀ, ਕਿ ਸਮਰਥਕ ਇਸ ਵੇਲੇ ਖੁਸ਼ ਹੋਏ? ਮੈਂ ਕਿਹਾ ਸੀ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਕਿਸੇ ਵੀ ਪਾਰਟੀ ਨਾਲ ਨਾ ਫਿਰਿਆ ਜਾਵੇ, ਕਿਉਂਕਿ 1.7 ਤਾਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਹਨ ਜੀ, ਫੇਸਬੁੱਕ ਤੇ ਵੀ ਐਕਟੀਵਿਟੀ ਹੈ, ਪਰੰਤੂ ਮੈਨੂੰ ਸਿੱਧੇ ਤੌਰ ਤੇ ਤਾਂ ਹਾਲੇ ਕਿਸੇ ਬੱਚੇ ਨੇ ਗੱਲ ਨਹੀਂ ਕਹੀ ਵੀ ਤੁਹਾਨੂੰ ਪਰ ਨਹੀਂ ਇਸ ਪਾਸੇ ਜਾਣਾ ਚਾਹੀਦਾ ਸੀ, ਪਰੰਤੂ ਠੀਕ ਹੈ ਇਸ ਮੇਰੇ ਨਾਲ ਜਿਹੜੇ ਜਿੰਨੇ ਸਾਡੇ ਚੋਣ ਹੈ ਵੀਰੋ, ਹਰ ਵਰਗ ਹਰ ਧਰਮ ਹਰ ਜਾਤ ਕਿਸੇ ਦੇ ਵਿਚਾਰ ਵੱਖ ਹੋ ਸਕਦੇ, ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਧਿਅਮ ਨੂੰ ਦਿਵਾਉਣਾ ਚਾਹੁੰਦਾ, ਮੈਂ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੋ, ਮੈਂ ਉਹਨਾਂ ਦੇ ਦਿਨਾਂ ਵਿੱਚ ਨਹੀਂ ਹਾਂ, ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਵੀ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰਨੀ ਛੱਡਿਆ, ਮੈਂ ਭਾਜਪਾ ਕੋਲ ਵੀ ਗਿਆ, ਮੈਂ ਆਮ ਆਦਮੀ ਪਾਰਟੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਮੇਰੀ ਬੱਤੀ ਨਹੀਂ ਲੱਗੀ, ਪਰੰਤੂ ਮੈਂ ਹਰ ਲੀਡਰ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ, ਤਾਂ ਮੈਂ ਸਾਰੀ ਚੀਜ਼ ਦਾ ਨਿਚੋੜ ਜਿਹਾ ਕੱਢ ਕੇ ਦੇਖਿਆ ਵੀ ਜੇ ਕੋਈ ਗੱਲ ਸਹੀ ਢੰਗ ਨਾਲ ਉੱਥੇ ਤੱਕ ਰੱਖੀ ਜਾ ਸਕਦੀ ਹੈ ਤਾਂ ਮੈਨੂੰ ਇੱਥੇ ਥੋੜ੍ਹਾ ਜਿਹਾ ਵਿਸ਼ਵਾਸ ਜਿਹੜਾ ਵੱਧ ਗਿਆ, ਤਾਂ ਮੈਂ ਇਹਨਾਂ ਨਾਲ ਪਰ ਇੱਥੇ ਮੈਂ ਆਲਰੇਡੀ ਪਹਿਲਾਂ ਵੀ ਹਾਂ ਵੀ 1 ਸਤੰਬਰ ਤੋਂ, ਅਤੇ ਉਹ ਕੋਈ ਗੱਲ ਹੁੰਦੀ ਤੁਸੀਂ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਬਾਕਾਂ ਕੱਲ੍ਹ ਹੁਣ ਮੈਂ ਇੱਧਰ ਆ ਗਿਆ, ਮੰਨ ਲਓ ਵੀ ਮੈਂ ਯਾਦ ਖੜਾ ਹੋ ਜਾਂਦਾ, ਤਾਂ ਮੈਂ ਕਹਿੰਦਾ ਵੀ ਮੈਂ ਯਾਦ ਖੜਾ ਵੋਟਾਂ ਮੈਂ ਸਾਰੇ ਨਹੀਂ ਲੈਣਾ, ਉਸ ਉਮਰ ਜਿੱਤਣ ਤੋਂ ਬਾਅਦ ਕਹਿੰਦਾ ਹੁਣ ਮੈਂ ਖੜਾ ਲਾਂ, ਅੱਜ ਕਲੀਅਰ ਲਾਈਨ ਦਾ ਮੈਂ ਜਿੱਥੇ ਖੜਾ ਮੈਂ 70-75 ਵਜੇ ਵੀ ਸਾਡੀ ਸੁੱਖ ਕੇਂਦਰੀ ਮੈਂ ਕਾਂਗਰਸ ਨੂੰ ਵੋਟ ਕਰਦਾ ਜੀ, ਤਾਂ ਫਿਰ ਵਿਧਾਨ ਸਭਾ ਕਾਂਗਰਸ ਦੀ ਸੀਟ ਮਿਲੀ, ਅਤੇ ਜੇ ਮੈਂ ਕਾਂਗਰਸ ਦੀ ਬੈਂਕ ਤਾਂ ਹੁਣ ਤਾਂ ਜਿਹੜੀ ਬਣਾ ਲਈ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਲੜਨਾ ਨਹੀਂ, ਕਿਉਂਕਿ ਮੇਰੇ ਅੱਗੇ ਜਸਟਿਸ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਊਂਗਾ ਜੇ ਮੈਂ ਫਰੀ ਰਹਿੰਦਾ, ਨੰਬਰ 2 ਦੇ ਉੱਤੇ ਮੇਰੀ ਘਰੇਲੂ ਕੰਡੀਸ਼ਨ ਇੱਦਾਂ ਦੀ ਹੈ, ਛੋਟਾ ਜਿਹਾ ਬੱਚਾ ਹੈ, ਸਾਰੀ ਚੀਜ਼ ਸੰਭਾਲਣੀ ਮੇਰੇ ਲਈ, ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂੰਗਾ ਫਿਰ ਮੈਂ ਅੱਗੇ ਸਮਾਜ ਕਰੂੰਗਾ, ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ 'ਤੇ ਖੜਨਾ, ਫਿਰ ਉਸ ਤੋਂ ਬਾਅਦ ਜੇ ਕੋਈ ਗਰੁੱਪ ਲਿਖ